ਆ ਜਿਹੜੇ ਬੰਦੇ ਦੀ ਤੁਸੀਂ ਫੋਟੋ ਦੇਖ ਰਹੇ ਹੋ ਨਾ ਇਹ ਬੰਦੇ ਨੇ ਤਿੰਨ ਵਾਰੀ ਤਾਜਮਹਿਲ ਦੋ ਵਾਰੀ ਲਾਲ ਕਿਲਾ ਇੱਕ ਵਾਰੀ ਰਾਸ਼ਟਰਪਤੀ ਭਵਨ ਤੇ ਇੱਕ ਵਾਰੀ ਸੰਸਦ ਭਵਨ ਇਹ ਸਾਰੀਆਂ ਸਰਕਾਰੀ ਬਿਲਡਿੰਗਾਂ ਵੇਚਤੀਆਂ ਸੀ ਤੇ ਇਹ ਬੰਦਾ ਭਾਰਤ ਦੇ ਵਿੱਚ ਮਿਸਟਰ ਨਟਵਰ ਲਾਲ ਦੇ ਨਾਮ ਤੋਂ ਮਸ਼ਹੂਰ ਆ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹਦੇ ਬਾਰੇ ਗੱਲ ਕਰਾਂਗੇ ਕਿ ਇਹਨੇ ਸਰਕਾਰੀ ਬਿਲਡਿੰਗਾਂ ਕਿਵੇਂ ਵੇਚਤੀਆਂ ਨਟਵਰ ਲਾਲ ਨੂੰ ਛੋਟੀ ਉਮਰ ਦੇ ਵਿੱਚ ਇੱਕ ਵਾਰੀ ਇਹਦਾ ਗਵਾਂਡੀ 1000 ਰੁਪਏ ਦਾ ਡਿਮਾਂਡ ਡਰਾਫਟ ਬਣਾ ਕੇ ਦਿੰਦਾ ਤੇ ਇਹਨੂੰ ਕਹਿੰਦਾ ਕਿ ਉਹ ਬੈਂਕ ਦੇ ਵਿੱਚੋਂ ਜਾ ਕੇ 1000 ਰੁਪਏ ਲੈ ਲਵੇ ਤੇ ਜਦੋਂ ਇਹ ਦੇਖਦਾ ਕਿ ਇੱਕ ਡਿਮਾਂਡ ਡਰਾਫਟ ਦੇਣ ਦੇ ਨਾਲ ਉਹਨੂੰ 1000 ਰੁਪਏ ਮਿਲ ਗਿਆ ਤਾਂ ਉਹ ਨਕਲੀ ਡਿਮਾਂਡ ਡਰਾਫਟ ਬਣਾਉਣ ਲੱਗ ਜਾਂਦਾ ਤੇ ਨਕਲੀ ਸਾਈਨ ਕਰਨ ਲੱਗ ਜਾਂਦਾ ਜਿਹਦੇ ਨਾਲ ਉਸੇ ਹੀ ਗਵੰਡੀ ਦੇ ਅਕਾਊਂਟ ਦੇ ਵਿੱਚੋਂ ਇਹ ਕਈ ਹਜ਼ਾਰ ਰੁਪਏ ਕਢਵਾ ਲੈਂਦਾ ਤੇ ਇਹ ਬੰਦੇ ਕੋਲ ਇੱਕ ਅਨੋਖਾ ਟੈਲੈਂਟ ਹੁੰਦਾ ਸਾਰੀ ਦੁਨੀਆ ਤੋਂ ਕਿ ਇਹ ਕਿਸੇ ਵੀ ਬੰਦੇ ਦੇ ਜਾਲੀ ਸਾਈਨ ਕਰ ਸਕਦਾ ਤੇ ਕਿਸੇ ਵੀ ਬੰਦੇ ਨੂੰ ਪਤਾ ਨਹੀਂ ਲੱਗਦਾ ਕਿ ਇਹ ਜਿਹੜੇ ਇਹਨੇ ਸਾਈਨ ਕੀਤੇ ਆ ਇਹ ਜਾਲੀ ਆ ਤੇ ਇਸੇ ਹੀ ਟੈਲੈਂਟ ਦਾ ਫਾਇਦਾ ਲੈ ਕੇ ਇਹ ਬੰਦਾ ਕੀ ਕਰਦਾ ਕਿ ਤਾਜਮਹਿਲ ਦੇ लाल किले ਦੇ ਤੇ ਸੰਸਦ ਭਵਨ ਦੇ ਜਾਲੀ ਪੇਪਰ ਬਣਾਉਂਦਾ ਤੇ ਘੁਮਣ ਫਿਰਨ ਆਏ ਅੰਗਰੇਜ਼ਾਂ ਨੂੰ ਉਹ ਜਾਲੀ ਪੇਪਰ ਦਿਖਾ ਕੇ ਤਿੰਨ ਵਾਰੀ ਤਾਜ ਮਹਿਲ ਦੋ ਵਾਰੀ ਲਾਲ ਕਿਲਾ ਤੇ ਇੱਕ ਵਾਰੀ ਰਾਸ਼ਟਰਪਤੀ ਭਵਨ ਤੇ ਇੱਕ ਵਾਰੀ ਸੰਸਦ ਭਵਨ ਵੇਚ ਦਿੰਦਾ ਬਿਲਕੁਲ ਸਾਰੇ ਦੇ ਸਾਰੇ ਜਾਲੀ ਪੇਪਰ ਇਸ ਤਰੀਕੇ ਨਾਲ ਤਿਆਰ ਕਰਦਾ ਕਿ ਸਾਰੇ ਬੰਦਿਆਂ ਨੂੰ ਦੇਖਣ ਦੇ ਵਿੱਚ ਉਹ ਜੈਨੂਅਲ ਲੱਗਦੇ ਆ ਤੇ ਜਿਹੜੇ ਸਾਈਨ ਕਰਦਾ ਰਾਸ਼ਟਰਪਤੀ ਦੇ ਵੀ ਸਾਈਨ ਕਰਦਾ ਜਾਂ ਪ੍ਰਧਾਨ ਮੰਤਰੀ ਦੇ ਸਾਈਨ ਕਰਦਾ ਉਹ ਬਿਲਕੁਲ ਇਦਾਂ ਲੱਗਦਾ ਕਿ ਇਹ ਬਿਲਕੁਲ オリジナル ਸਾਈਨ ਕੀਤੇ ਹੋਏ ਆ ਤੇ ਇਹ ਬੰਦੇ ਦੇ ਉੱਪਰ ਤਕਰੀਬਨ 100 ਤੋਂ ਜ਼ਿਆਦਾ ਮੁਕੱਦਮੇ ਚੱਲਦੇ ਸੀ ਜਿਨ੍ਹਾਂ ਦੇ ਵਿੱਚ ਇਹਨੂੰ 113 ਸਾਲਾਂ ਦੀ ਸਜ਼ਾ ਹੋਈ ਸੀ ਤੇ ਇਹ ਆਪਣੀ ਜ਼ਿੰਦਗੀ ਦੇ ਵਿੱਚ ਸਿਰਫ 20 ਸਾਲ ਜੇਲ੍ਹ ਦੇ ਵਿੱਚ ਰਿਹਾ ਤੇ ਆਮ ਤੌਰ ਤੇ ਜੇਲ੍ਹ ਦੇ ਵਿੱਚੋਂ ਭੱਜ ਜਾਂਦਾ ਅੱਠ ਵਾਰੀ ਇਹ ਜੇਲ੍ਹ ਦੇ ਵਿੱਚੋਂ ਭੱਜਿਆ ਇੱਕ ਵਾਰੀ ਇਹ ਕੋਰਟ ਦੇ ਵਿੱਚ ਜੱਜ ਸਾਹਿਬ ਦੇ ਅੱਗੇ ਪੇਸ਼ ਹੁੰਦਾ ਤੇ ਉਹਨਾਂ ਨੂੰ ਕਹਿੰਦਾ ਕਿ ਮੈਂ ਕਦੇ ਵੀ ਕਿਸੇ ਵੀ ਬੰਦੇ ਦੇ ਨਾਲ ਠੱਗੀ ਨਹੀਂ ਮਾਰੀ ਲੋਕ ਮੈਨੂੰ ਆਪਦੀਆ ਪੈਸਾ ਦਿੰਦੇ ਆ ਤਾਂ ਜੱਜ ਸਾਹਿਬ ਕਹਿੰਦੇ ਆ ਕਿ ਤੈਨੂੰ ਲੋਕ ਆਪਦੀਆ ਪੈਸਾ ਕਿਵੇਂ ਦਿੰਦੇ ਆ ਤਾਂ ਉਹ ਜੱਜ ਸਾਹਿਬ ਨੂੰ ਕਹਿੰਦਾ ਕਿ ਤੁਹਾਡੀ ਜੇਬ ਦੇ ਵਿੱਚ 1 ਰੁਪਿਆ ਹੈਗਾ ਮੈਂ 1 ਰੁਪਿਆ ਲਵਾਂਗਾ ਫਿਰ ਤੁਹਾਨੂੰ ਦੱਸਾਂਗਾ ਤਾਂ ਜੱਜ ਸਾਹਿਬ ਆਪਣੇ ਬੜੂਏ ਦੇ ਵਿੱਚੋਂ ਕੱਢ ਕੇ 1 ਰੁਪਿਆ ਇਹਨੂੰ ਦੇ ਦਿੰਦੇ ਆ ਤੇ ਇਹ ਬੰਦਾ 1 ਰੁਪਿਆ ਆਪਣੀ ਜੇਬ ਦੇ ਵਿੱਚ ਪਾ ਲੈਂਦਾ ਤੇ ਜੱਜ ਸਾਹਿ ਦੇ ਆਪ ਦੇਤਾ ਤੇ ਹੁਣੇ ਪੁਲਿਸ ਵਾਲੇ ਕਹਿਣਗੇ ਕਿ ਮੈਂ ਤੁਹਾਡੇ ਤੋਂ 1 ਰੁਪਿਆ ਲੁੱਟਿਆ ਸੋ ਇਸ ਤਰੀਕੇ ਦੇ ਨਾਲ ਕਹਿੰਦਾ ਮੈਂ ਲੋਕਾਂ ਤੋਂ ਪੈਸੇ ਲੈਣਾ ਲੋਕ ਮੈਨੂੰ ਆਪ ਦੀ ਆ ਪੈਸੇ ਦਿੰਦੇ ਆ ਸੋ ਇਸ ਤਰੀਕੇ ਦੇ ਨਾਲ ਇਹ ਬੰਦੇ ਨੇ ਹਜ਼ਾਰ ਤੋਂ ਵੀ ਜ਼ਿਆਦਾ ਬੰਦਿਆਂ ਨੂੰ ਲੁੱਟਿਆ ਤੇ ਕਈ ਹਜ਼ਾਰ ਕਰੋੜ ਰੁਪਏ ਲੁੱਟਿਆ ਤੇ ਇੱਕ ਵਾਰੀ ਇਹ ਬੰਦੇ ਨੇ ਇੰਡੀਆ ਸਰਕਾਰ ਦੇ ਅੱਗੇ ਵੀ ਆਫਰ ਰੱਖਿਆ ਸੀ ਕਿ ਜੇਕਰ ਤੁਸੀਂ ਮੇਰੇ ਟੈਲੈਂਟ ਨੂੰ ਸਹੀ ਤਰੀਕੇ ਨਾਲ ਯੂਜ਼ ਕਰੋ ਤਾਂ ਮੈਂ ਇੰਡੀਆ ਦਾ ਜਿੰਨਾ ਵੀ ਵਿਦੇਸ਼ੀ ਕਰਜ਼ਾ ਉਹ ਮੈਂ ਸਾਰਾ ਲਾ ਦੂੰਗਾ ਸੋ ਇੰਨਾ ਟੈਲੈਂਟਡ ਬੰਦਾ ਸੀਗਾ ਪਰ ਇਹਨੇ ਆਪਣਾ ਜਿਹੜਾ ਟੈਲੈਂਟ ਆ ਇਹਨੇ ਪੁੱਠੇ ਕੰਮਾਂ ਦੇ ਵਿੱਚ ਲਾਇਆ ਸੋ ਇਹ ਸੀ ਕਹਾਣੀ ਹਿੰਦੁਸਤਾਨ ਦੇ ਸਭ ਤੋਂ ਵੱਡੇ ਠੱਗ ਦੀ ਤੇ ਆ ਵੀਡੀਓ ਤੇ ਕਲਿੱਕ ਕਰਕੇ ਦੇਖਿਓ ਕਿ ਲੀਡਰ ਆਪਾਂ ਨੂੰ ਕਿਵੇਂ ਠੱਗਦੇ ਆ ਆਪਾਂ ਤੁਹਾਡੇ ਨਾਲ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ